ਤਸਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰੇ ਵੀਰਾਂ ਦਾ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਕਰੋ ਜੀ ਨੋਟ ਸਕਰੀਨ ਤੇ ਜੀ ਜੇ ਕਿਸੇ ਵੀਰ ਨੇ ਕੋਠੀ ਦੀ ਮਕਾਨ ਦੀ ਜੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਆਪਣੇ ਨੰਬਰ ਤੇ 500 ਫੋਟੋਆਂ ਦੋ ਤਿੰਨ ਮਿੰਟ ਦੀ ਵੀਡੀਓ ਤੇ ਬਾਕੀ ਦੀ ਜਾਣਕਾਰੀ ਭੇਜ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਕਰ ਦਾਂਗੇ ਇੱਕ ਬੇਨਤੀ ਸਾਰਾ ਵੀਰਾਂ ਨੂੰ ਜਦੋਂ ਵੀਰੇ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਜੀ ਐਡ ਵਾਸਤੇ ਜਿਹੜਾ ਉਹਦਾ ਰੇਟ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜੇ ਕਰੋ ਅੱਗੇ ਆਪਾਂ ਕਰਾਂਗੇ ਵੀਡੀਓ ਸਟਾਰਟ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਸਭ ਤੋਂ ਪਹਿਲੀ ਗੱਡੀ ਸੈਂਟਰੋ ਪਹੁੰਚੇ ਜੀ ਸੈਂਟਰੋ ਗੱਡੀ ਦਿਖਾਉਣਾ ਤੁਹਾਨੂੰ ਏਸੀ ਹੀਟਰ ਵਰਕਿੰਗ ਚ ਹੈ ਦੋ ਮਾਡਲ ਗੱਡੀਆਂ ਜੀ ਤੇ 46000 ਡਿਮਾਂਡ ਚ ਹੈ ਮੋਗੇ ਖੜੀ ਆ 80 85 ਪੈਸੇ ਟਾਇਰ ਨੇ ਬਾਕੀ ਹਲਕੇ ਜਿਹੇ ਸਕ੍ਰੈਚ ਤੁਹਾਨੂੰ ਮਿਲਣਗੇ ਜੀ ਬਾਕੀ ਸਕ੍ਰੈਚ ਤਾਂ ਹੋਣਗੇ ਦੋ ਮਾਡਲ ਹੈ ਪਰ ਕਿਸੇ ਪਾਸੋਂ ਕੋਈ ਗਲੀ ਸੜੀ ਹੈ ਨਹੀਂ ਮੋਗੇ ਖੜੀ ਆ ਮਾਲਕ ਦਾ ਨੰਬਰ ਕਰੋ ਜੀ ਨੋਟ 82849 ਤੇ 65170 ਤੇ ਸੈਕੰਡ ਗੱਡੀ ਦਿਖਾਉਣੀ ਤੁਹਾਨੂੰ इनोਵਾ ਜੀ इनोਵਾ ਗੱਡੀ ਆ 2010 ਮਾਡਲ ਹੈ ਜੀ ਤੇ ਜਲੰਧਰ ਏਰੀਆ ਮਾਲਕ ਦਾ ਨਵੇਂ ਟਾਇਰਾਂ ਚ ਗੱਡੀ ਆ ਜੀ ਤੇ 310000 ਮਾਲਕ ਵੀ ਨੇ ਡਿਮਾਂਡ ਰੱਖਿਆ ਜੀ ਗੱਡੀ ਵਧੀਆ ਜੀ ਰੰਗ ਪੈੜ ਵਧੀਆ ਬਾਕੀ ਬੰਪਰਾਂ ਤੇ ਹਲਕੇ ਜਿਹੇ ਸਕਰੈਚ ਤੁਹਾਨੂੰ ਮਿਲਣਗੇ ਜੀ ਏਸੀ ਹੀਟਰ ਵਰਕਿੰਗ ਚ ਹੈ ਇੰਜਨ ਗੇਅਰ ਵੱਲੋਂ ਫੁੱਲ ਗਰੰਟੀ ਹੈ ਜੀ ਕਿਸੇ ਪਾਸੋਂ ਕੋਈ ਮੇਜਰ ਐਕਸੀਡੈਂਟ ਨਹੀਂ ਬਈਆ ਗੱਡੀ ਆ ਜੀ 310 ਡਿਮਾਂਡ ਹੈ ਕਾਗਜ਼ ਪੱਤਰ ਕੰਪਲੀਟ ਨੇ ਸਰਵਿਸ ਸਾਰੀ ਹੋਈ ਹੈ ਜੀ ਤੇ ਮਾਲਕ ਦਾ ਨੰਬਰ ਕਰੋ ਜੀ ਨੋਟ ਨੰਬਰ 87200 998150033 ਤੇ ਅਗਲੀ ਗੱਡੀ ਆਪਣੇ ਕੋਲੇ ਪਹੁੰਚੀ ਜੀ i20 ਆਸਤਾ ਜੀ ਡਬਲ 에ਅਰ ਵਗਲੀ ਗੱਡੀਆਂ ਜੀ 2015 ਮਾਡਲ ਹੈ ਜੀ 525 ਮਾਲਕ ਨੇ ਡਿਮਾਂਡ ਰੱਖਿਆ ਜੀ ਚਮਕੌਰ ਸਾਹਿਬ ਗੱਡੀ ਆ ਖੜੀ ਹੈ ਜੀ ਤੇ ਨਵੇਂ ਟੈਰਾਂ ਚ ਗੱਡੀ ਹੈ ਰੰਗ ਪੈਣ ਵਧੀਆ ਜੀ ਕਿਸੇ ਪਾਸੋਂ ਕੋਈ ਪ੍ਰੋਬਲਮ ਨਹੀਂ ਗੱਡੀ ਚ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਨਵੀਂ ਬੈਟਰੀ ਹੈ ਜੀ ਤੇ ਜਿਹੜੇ ਵੀਰ ਦੀ ਗੱਡੀ ਹੈ ਉਹ ਬਾਹਰ ਗਏ ਨਹੀਂ ਤੇ ਕਾਫੀ ਟਾਈਮ ਦੀ ਗੱਡੀ ਘਰੇ ਬੈਸੇ ਖੜੀ ਸੀਗੀ ਤੇ ਬੈਟਰੀ ਡੈੱਡ ਹੋ ਗਈ ਸੀਗੀ ਤਾਂ ਕਰਕੇ ਨਵੀਂ ਬੈਟਰੀ ਧਰਾਈ ਐ ਤੇ ਗੱਡੀ ਚ ਕੋਈ ਪ੍ਰੋਬਲਮ ਨਹੀਂ ਵਧੀਆ ਗੱਡੀ ਐ ਜੀ ਬਾਕੀ ਤੁਹਾਡੇ ਸਾਹਮਣੇ ਜੀ ਮਾਲਕ ਦਾ ਨੰਬਰ ਕਰੋ ਜੀ ਨੋਟ 98147 70476 ਬਾਕੀ ਗੱਡੀ ਵੀਰੇ ਬਹੁਤ ਹੀ ਘੱਟ ਚੱਲੀ ਐ ਅਗਲੀ ਗੱਡੀ ਦਿਖਾਉਣੇ ਆਪਾਂ ਤੁਹਾਨੂੰ ਅੱਗੇ ਆਪਣੇ ਕੋਲੇ Swift VXI ਪਹੁੰਚੇ ਜੀ ਪੈਟਰੋਲ ਵਰਜਨ 2013 ਮਾਡਲ ਗੱਡੀ ਐ ਜੀ ਹਰਿਆਣਾ ਨੰਬਰ ਐ ਜੀ 365 ਮਾਲਕ ਨੇ ਡਿਮਾਂਡ ਰੱਖੀ ਐ 80 84 ਪੈਸੇ ਟਾਇਰ ਨੇ ਸੈਕੰਡ ਓਨਰ ਗੱਡੀ ਐ ਜੀ ਗੱਡੀ ਵਧੀਆ ਜੀ ਕਿਸੇ ਪਾਸੋਂ ਕੋਈ ਐਕਸੀਡੈਂਟ ਨਹੀਂ ਹੋਈ ਰੰਗ ਪੈਣ ਵਧੀਆ ਜੀ ਤੇ ਸੀਟ ਕਵਰ ਨਵੇਂ ਨੇ ਮਿਊਜ਼ਿਕ ਸਿਸਟਮ ਏਸੀ ਹੀਟਰ ਵਰਕਿੰਗ ਚ ਹੈ ਕੋਈ ਪ੍ਰੋਬਲਮ ਨਹੀਂ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਮਾਲਕ ਦਾ ਨੰਬਰ ਕਰੋ ਜੀ ਨੋਟਸ ਸਕ੍ਰੀਨ ਤੇ ਵੀਰੇ 99 965 80347 ਤੇ ਅੱਗੇ ਆਪਾਂ ਕਰਾਂਗੇ ਜੀ ਆਲਟੋ ਕੈਟਨ ਬੀਐਕਐਕਸਾਈ ਗੱਡੀ ਦੀ ਗੱਲ ਬੀਐਕਐਕਸਾਈ ਗੱਡੀ ਦਿਖਾਉਣੀ ਆ ਤੁਹਾਨੂੰ 16 ਮਾਡਲ ਗੱਡੀ ਐ ਜੀ 16 ਮਾਡਲ ਤੇ ਇਹ ਪਹਿਲੇ ਹਨਰ ਗੱਡੀ ਆ 260 ਡਿਮਾਂਡ ਹੈ ਜੀ ਸੰਗਰੂਰ ਖੜੀ ਆ ਵੀਰੇ ਗੱਡੀ ਤੇ ਇਹ ਗੱਡੀ ਦੀ ਕੰਡੀਸ਼ਨ ਆ ਜਿਹੜੀ ਪੂਰੀ ਵਧੀਆ ਵੀਰੇ 80 85 ਪੈਸੇ ਟਾਇਰ ਨੇ ਰੰਗ ਪੈਣ ਵਧੀਆ ਜੀ ਕਿਸੇ ਪਾਸੇ ਕੋਈ ਐਕਸੀਡੈਂਟ ਨਹੀਂ ਤੁਹਾਡੇ ਸਾਹਮਣੇ ਗੱਡੀ ਆ ਬਾਕੀ ਹਲਕੇ ਜਿਹੇ ਸਕਰੈਚ ਤੁਹਾਨੂੰ ਮਿਲ ਸਕਦੇ ਆ 260 ਡਿਮਾਂਡ ਹੈ ਜੀ ਅੰਦਰੋਂ ਵਧੀਆ ਜੀ ਸੀਟ ਕਵਰ ਨਵੇਂ ਨੇ ਮੈਟਿੰਗ ਵਗੈਰਾ ਸਾਰੀ ਹੋਈ ਆ 260 ਡਿਮਾਂਡ ਆ ਮਾਲਕ ਵੀਰ ਦਾ ਨੰਬਰ ਕਰੋ ਜੀ ਨੋਟ ਨੰਬਰ ਹੈ ਜੀ ਪੂਰਾ 792 ਤੇ 79900 senti ਨੰਨੂਸ ਨੰਬਰ ਤੇ ਫੋਨ ਕਰਕੇ ਵੀਰੇ ਜਾ ਕੇ ਦੇਖ ਕੇ ਤੇ ਡੀਲ ਗੱਡੀ ਦੀ ਕਰ ਲਓ ਜੀ ਅਗਲੀ ਗੱਡੀ ਵੀਰੇ ਆਪਣੇ ਕੋਲੇ ਵਰਨਾ ਪਹੁੰਚੇ ਜੀ 2009 ਮਾਡਲ ਵੀਰੇ ਗੱਡੀ ਹੈ ਪਹਿਲੇ ਓਨਰ ਹੈ ਤੇ ਇਕੱਤ ਗੱਡੀ ਚੱਲੇ ਜੀ ਪੀ ਵੀ ਨੰਬਰ ਹੈ ਜੀ ਲੁਧਿਆਣੇ ਦਾ ਨੰਬਰ ਹੈ ਤੇ ਲੁਧਿਆਣੇ ਏਰੀਆ ਚ ਆ ਗੱਡੀ ਖੜੀ ਹੈ ਜੀ ਮਾਲਕ ਨੇ ਡਿਮਾਂਡ ਰੱਖਿਆ 3 ਲੱਖ 90 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਪਹਿਲੇ ਓਨਰ ਗੱਡੀ ਹੈ ਜੀ ਤੇ ਕਿਸੇ ਵੀ ਨੂੰ ਆ ਗੱਡੀ ਪਸੰਦ ਆਈ ਹੋਵੇ ਤਾਕਰੀ ਨਹੀਂ ਸਕਨੋ ਬਾਕੀ ਕਿਸੇ ਪਾਸੋਂ ਕੋਈ ਐਕਸੀਡੈਂਟ ਨਹੀਂ ਗੱਡੀ ਰੰਗ ਪੈਟ ਜੈਨੂਇਨ ਹੈ ਜੀ ਸਾਰਾ ਵਧੀਆ ਗੱਡੀ ਹੈ ਚਲਾਉਣ ਚ ਕੋਈ ਦਿੱਕਤ ਨਹੀਂ ਸਰਵਿਸ ਸਾਰੀ ਹੋਈ ਹੈ ਇੰਜਨ ਗੇਅਰ ਵੱਲੋਂ ਕੋਈ ਕਮੀ ਨਹੀਂ ਸਾਰੀ ਗੱਡੀ ਪੂਰੀ ਵਧੀਆ ਚੀ ਤੇ ਮਾਲਕ ਦਾ ਨੰਬਰ ਕਰੋ ਜੀ ਨੋਟ 94171 46890 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਵੀਰੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਲਿਓ ਜੀ ਤੇ ਅੱਗੇ ਆਪਾਂ ਕਰਾਂਗੇ ਜੀ ਫਿਗੋ ਗੱਡੀ ਦੀ ਗੱਲ ਫਿਗੋ ਗੱਡੀ ਪਹੁੰਚਿਆ ਜੀ 2011 ਮਾਡਲ ਆਪਣੇ ਕੋਲੇ 1.40 ਹਜ਼ਾਰ ਦੀ ਡਿਮਾਂਡ ਚ ਗੱਡੀ ਵੀਰੇ ਵਧੀਆ ਹੈ ਅਲਾਏ ਲੱਗੇ ਨੇ ਸੁਨਾਮ ਖੜੀ ਹੈ ਗੱਡੀ ਤੇ ਨਵੇਂ ਟਾਇਰ ਨੇ ਕਿਸੇ ਪਾਸੋਂ ਕੋਈ ਪ੍ਰੋਬਲਮ ਨਹੀਂ ਗੱਡੀ ਚ ਨਾ ਕੋਈ ਰੰਗ ਪੈਣ ਚ ਕਮੀ ਹੈ ਨਾ ਕੋਈ ਗੱਡੀ ਚ ਕਮੀ ਹੈ ਹਰਿਆਣਾ ਨੰਬਰ ਵੀਰੇ ਗੱਡੀ ਹੈ ਅੰਦਰ ਮੈਟਿੰਗ ਵਧੀਆ ਹੋਈ ਹੈ ਜੀ ਸੀਟ ਕਵਰ ਟੌਪ ਦੇ ਨੇ ਕਿਸੇ ਪਾਸੋਂ ਕੋਈ ਪ੍ਰੋਬਲਮ ਨਹੀਂ ਰੰਗ ਪੈਣ ਵਧੀਆ ਜੀ ਗੱਡੀ ਵਧੀਆ ਹੈ ਚਲਾਉਣ ਚ ਕੋਈ ਦਿੱਕਤ ਨਹੀਂ ਕਾਗਜ਼ ਪੱਤਰ ਕੰਪਲੀਟ ਨੇ 1.40 ਹਜ਼ਾਰ ਡਿਮਾਂਡ ਹੈ ਜੀ ਤੇ ਮਾਲਕ ਦਾ ਨੰਬਰ ਕਰੋ ਵੀਰੇ ਨੋਟ 99141 ਤੇ 99208 ਤੇ ਬਰੇ ਇਹਨਾਂ ਨੂੰ ਫੋਨ ਕਰ ਲਿਓ ਕਿਸੇ ਨੂੰ ਗੱਡੀ ਪਸੰਦ ਆਈ ਹੋਵੇ ਤਾਂ ਡੀਲ ਕਰ ਸਕਦੇ ਹਾਂ ਬਾਕੀ ਜਿੰਨੇ ਵੀ ਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਨੇ ਤਾਂ ਇਸੇ ਤਰ੍ਹਾਂ ਦੀ ਤੁਸੀਂ ਆਪਣੇ ਚੈਨਲ ਤੇ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੋ ਜੀ ਤਾਂ ਮੇਰੇ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜੀ ਤੇ ਸਬਸਕ੍ਰਾਈਬ ਲਿਖਿਆ ਜੀ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟ ਰਸਟ ਕਰਕੇ ਕਲਿੱਕ ਕਰ ਦਿਓ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੋਂ ਉਸੇ ਟਾਈਮ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਜੀ। ਤੋਂ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਵੀਡੀਓ ਵਧੀਆ ਲੱਗਿਆ ਬਈ ਲਾਈਕ ਕਰਿਓ, ਸ਼ੇਅਰ ਕਰਿਓ, ਸਪੋਰਟ ਕਰਿਆ ਕਰੋ ਮੇਰੇ ਤੁਹਾਡੇ ਕਰਕੇ ਜੀ ਆਪਣਾ ਚੈਨਲ ਹੈ ਜੀ। ਅੱਗੇ ਕਰਾਂਗੇ ਜੀ ਆਪਾਂ Swift ਗੱਡੀ ਦੀ ਗੱਲ। Swift BDI ਗੱਡੀ ਪਹੁੰਚੀ ਹੈ ਜੀ ਆਪਣੇ ਕੋਲੇ। ਪਹਿਲੇ ਉਹਨਰ ਵੀਰੇ ਗੱਡੀ ਹੈ 2013 ਮਾਡਲ ਹੈ ਜੀ। 90000 ਕਿਲੋਮੀਟਰ ਗੱਡੀ ਚੱਲੀ ਹੈ ਜੀ। ਟਾਇਰ ਵਧੀਆ ਨੇ। सिरसा ਮਾਲਕਵੀਰ ਦਾ ਏਰੀਆ ਜੀ। ਹਰਿਆਣੇ 'ਚ ਪੈ ਜਾਂਦਾ ਹੈ सिरसा। ਕੁੱਲ 90000 ਚੱਲੀ ਹੈ। 335 ਡਿਮਾਂਡ ਹੈ ਜੀ। ਤੇ ਗੱਡੀ ਵਧੀਆ ਜੀ ਰੰਗ ਪੈਣ ਵਧੀਆ ਸ਼ੋਰੂਮ ਕੰਡੀਸ਼ਨ ਹੈ ਤੇ ਵਧੀਆ ਸੀਟ ਕਵਰ ਨਹੀਂ ਕਿਸੇ ਪਾਸੇ ਕੋਈ ਲੱਗੀ ਨਹੀਂ ਗੱਡੀ ਨਾ ਕੋਈ ਪ੍ਰੋਬਲਮ ਹੈ ਜੀ ਤੇ ਕਿਸੇ ਵੀ ਨੂੰ ਗੱਡੀ ਪਸੰਦ ਆਈ ਜੇ ਵੇ ਖਰੀਦਣੀ ਹੋਵੇ ਦੇਖਣੀ ਹੋਵੇ ਤਾਂ ਸਿਰਸਾ ਜਾ ਕੇ ਦੇਖ ਸਕਦਾ ਜੀ ਤੇ ਮਾਲਕ ਦਾ ਨੰਬਰ ਕਰੋ ਜੀ ਨੋਟ 99916 85 958 ਇਹਨਾਂ ਨੂੰ ਫੋਨ ਕਰ ਲਓ ਵੀਰੇ ਤੇ ਜਾ ਕੇ ਦੇਖ ਕੇ ਇਹ ਡੀਲ ਗੱਡੀ ਦੀ ਕਰ ਸਕਦਾ ਜੀ ਬਾਕੀ ਆਪਣੇ ਚੈਨਲ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਆਉਂਦੀ ਹੈ ਜੀ ਤੇ ਕਿਸੇ ਵੀ ਨੇ ਐਡ ਕਰਾਉਣੀ ਹੋਵੇ ਕਿਸੇ ਵੀ ਗੱਡੀ ਦੀ ਕੰਮਰੇ ਜਿਹੜਾ ਨੰਬਰ ਸਕਰੀਨ ਤੇ ਸ਼ੋ ਹੋਂਦਾ ਜੀ ਬਾਕੀ ਉੱਪਰ ਵੀ ਲਿਖਿਆ ਆ ਰਿਹਾ ਜੀ 78140 38764 ਇਸੇ ਨੰਬਰ ਤੇ ਫੋਟੋਆਂ ਜਾਣਕਾਰੀ ਆਪਣੇ WhatsApp ਕਰ ਦੋ ਤੇ ਆਪਾਂ ਤੁਹਾਡੀ ਐਡ ਕਰ ਦਾਂਗੇ ਜੀ ਅੱਗੇ ਕਰਾਂਗੇ ਜੀ ਆਪਾਂ ਗੱਡੀ ਦੀ ਗੱਲ ਕਰੀ ਆਪਣੇ ਕੋਲੇ ਗੱਡੀ ਪਹੁੰਚੋ ਜੀ ਮੁਰੂਤੀ 800 ਜੀ ਪੂਰਾ 2000 ਮਾਡਲ ਹੈ ਜੀ ਪੀਵੀ 11 ਨੰਬਰ ਹੈ ਜੀ ਪਟਿਆਲੇ ਦਾ ਨੰਬਰ ਹੈ ਜੀ 31000 ਮਾਲਕ ਨੇ ਡਿਮਾਂਡ ਰੱਖਿਆ ਜੀ ਸੰਗਰੂਰ ਖੜੀ ਹੈ ਗੱਡੀ ਤੇ 75 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ 2000 ਮਾਡਲ ਹੈ ਜੀ ਗੱਡੀ ਬਹੁਤ ਪੁਰਾਣੀ ਹੈ ਤੇ ਗੱਡੀ ਦੀ ਕੰਡੀਸ਼ਨ ਠੀਕ ਪਈ ਹੈ ਜੀ ਬਾਕੀ ਸਕ੍ਰੈਚ ਡੈਂਟ ਤੁਹਾਨੂੰ ਮਿਲਣਗੇ ਜੀ ਬਲਕਿ ਚਲਾਉਣ 'ਚ ਕੋਈ ਦਿੱਕਤ ਨਹੀਂ ਵਧੀਆ ਸੀਟ ਕਵਰ ਨੇ ਕਿਸੇ ਪਾਸੇ ਕੋਈ ਦਿੱਕਤ ਨਹੀਂ ਬਾਕੀ ਤੁਹਾਡੇ ਸਾਹਮਣੇ ਜੀ ਵੀਡੀਓ ਚੱਲ ਰਹੀ ਹੈ ਫੋਟੋ ਚੱਲ ਰਹੀਆਂ ਤੁਸੀਂ ਦੇਖ ਰਹੂ ਮਾਲਕ ਦਾ ਨੰਬਰ ਸਕਰੀਨ 'ਤੇ ਵੀਰੇ ਨੋਟ ਕਰ ਲਓ ਨੰਬਰ ਹੈ ਜੀ 62397 36512 ਇਹਨਾਂ ਨੂੰ ਇਸ ਨੰਬਰ 'ਤੇ ਫੋਨ ਕਰਕੇ ਵੀਰੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੇ ਹੋ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਜੀ ਵੀਡੀਓ ਵਧੀਆ ਲੱਗੇ ਬਈ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਰੇ ਤੇ ਕਿਸੇ ਵੀ ਨੇ ਐਡ ਕਰਾਉਣੀ ਆ ਐਡ ਕਰਵਾ ਸਕਦੇ ਹੋ ਤੇ ਬਾਕੀ ਮਿਲਦਾਂ ਮੇਰੇ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੇ ਨਵੀਂ ਮਿਸ਼ਨਰੀਆਂ ਦੇ ਨਾਲ ਜੀ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਖੁਸ਼ ਰਹੋ ਜੀ ਆਪਣੇ ਪਰਿਵਾਰ ਚ ਰਹੋ ਦੇਖਦੇ ਰਹੋ ਆਪਣੀ ਵੀਡੀਓ ਤੇ